ਚੱਲੇ ਹਾਂ ਬਾਈ ਕਬੂਤਰਾਂ ਨੂੰ ਦਾਣਾ ਪਾਣੀ ਪਾਉਣ। ਕੋਸਾ ਜਿਹਾ ਪਾਣੀ ਭਰ ਲਿਆ ਆਪਾਂ ਨੇ ਅਤੇ ਆ ਗਏ ਹੁਣ। ਆਹ ਨਰਵੈ ਸਿੰਘ ਜੀ ਨੂਰੀ ਵੀ ਖੜੀ ਹੈ, ਨਿਖਰੀ ਇੱਕਣ ਕੰਨ ਕਰਕੇ ਖੜਨਾ ਚਾਹੀਦਾ ਭਾਊ ਇਹਨੂੰ, ਹੈ ਨਾ, ਕਈ ਵਾਰ ਹੋਰ ਇਸ ਤਰ੍ਹਾਂ ਕਰ ਲੈਂਦੀ ਹੈ। ਸਤਿ ਸ਼੍ਰੀ ਅਕਾਲ ਵੀ ਸਾਰੇ ਵੀਰ ਭਰਾਵਾਂ ਨੂੰ, ਕੀ ਹੈ ਹਾਲ ਚਾਲ, ਹੈ ਕੈਮ ਹੋ ਸਾਰੇ। ਵਲੌਗ ਬਈ ਬਣਦੇ ਹੀ ਨਹੀਂ ਹੁਣ, ਪਤਾ ਨਹੀਂ ਕਿਆ ਚੱਕਰ ਆ ਸਾਲਾ, ਨਾ ਜੀ ਕਰਦਾ ਵਲੌਗ ਬਣਾਉਣ ਨੂੰ। ਤੁਹਾਨੂੰ ਸਿੱਧੀ ਸਾਫ਼ ਗੱਲ ਦੱਸੀਏ, ਪਾਣੀ ਸਾਫ਼ ਹੈ ਬਿਲਕੁਲ, ਗਰਮ ਪਾਣੀ ਪਾ ਦਿੰਦੇ ਹਾਂ ਥੋੜ੍ਹਾ ਜਿਹਾ, ਇਹ 'ਚ ਇਹਨੂੰ ਥੋੜ੍ਹਾ ਜਿਹਾ ਡੋਲ ਦਿੰਦੇ ਹਾਂ ਆਪਾਂ। ਭਾਊ ਇਹਨੂੰ ਪੱਲੜ ਜੇ ਨੂੰ ਯਾਰ ਫੂਕ ਦੇ, ਅੱਜ ਲੈ ਜਾ ਯਾਰ, ਹਾਂ ਅੱਜ ਫੂਕ ਦੇ, ਆਏ ਆ ਉਰੇ ਗੰਦ ਪਿਆ ਪਿਆ ਯਾਰ। ਐ ਚ ਖੜ ਜਾ ਦੇਖਦਾ ਵੀ ਜੇ ਦਾਣਾ ਹੈਗਾ, ਨਹੀਂ ਫਿਰ ਉੱਥੋਂ ਭਰ ਲਿਆ ਦੀ ਮੁੜ ਹੈ ਨਹੀਂ ਯਾਰ। ਭਾਊ ਲੈ ਕੇ ਆ ਦਾਣਾ ਵੀਰੇ, ਢੋਲ ਚੋਂ ਭਰ ਲਿਆ, ਬਾਕੀ ਖੁਰਾਕ ਇਹ 'ਚ ਸ਼ਾਮ ਨੂੰ ਰਲਾ ਦਾਂਗੇ ਹੁਣ। ਦਾਣਾ ਵੀ ਬਈ ਰਲਾਉਣੇ ਵਾਲਾ, ਉੱਪਰਲਿਆਂ ਦਾ ਰਲਾਇਆ ਪਿਆ, ਇਹਨਾਂ ਦਾ ਰਹਿ ਗਿਆ ਥੱਲੇ ਵਾਲਿਆਂ ਦਾ, ਕੋਈ ਚੱਕਰ ਨਹੀਂ ਭਰ ਦਿੰਦੇ ਇਹਨੂੰ ਪਾਣੀ ਦਾ, ਇਹਨਾਂ ਇਹ ਭਰ ਗਿਆ ਉੱਕੇ ਯਾਰ ਬੋਟ ਲਾਉਂਦੇ ਹਾਂ ਢੱਕਣ ਆਪਾਂ, ਇਹਨੂੰ ਐਂ ਰੱਖ ਦਿੰਦੇ ਹਾਂ ਅਤੇ ਇੱਕ ਟਰੇਜ ਤਾਂ ਹੈਗੇ, ਦੂਜੀ ਟਰੇਜ ਪਾ ਦਿੰਦੇ ਹਾਂ ਆਪਾਂ। ਇੱਕ ਮਿੰਟ ਰੱਖ ਦਿੰਦੇ ਇੱਥੇ। ਅਤੇ ਕਈ ਵੀਰ ਪੁੱਛਦੇ ਤੇ ਵੀ ਜੱਸੇ ਦਾ ਚੈਨਲ, ਹੈ ਨਾ ਵੀਰੇ, ਜੱਸੇ ਦੇ ਚੈਨਲ ਦਾ ਮੈਂ ਆਹ ਬਲੌਗ 'ਚ ਡਿਸਕ੍ਰਿਪਸ਼ਨ 'ਚ ਲਿੰਕ ਪਾਊਂਗਾ, ਉੱਥੇ ਦੇਖ ਲਿਓ, ਚੈੱਕ ਕਰ ਲਿਓ। ਨਾਮ ਉਹਦਾ ਹੈਗਾ ਨਲਾਇਕ ਯੂਟਿਊਬਰ ਜੱਸਾ, ਠੀਕ ਆ, ਅਤੇ ਕੋਈ ਨਾ ਪਾਊਂਗਾ ਮੈਂ ਲਿੰਕ, ਕਰ ਲਿਓ ਸਬਸਕ੍ਰਾਈਬ ਕਰ ਲਿਓ। ਬਲੌਗ ਵਿਚਾਰਾ ਪਾਈ ਜਾਂਦਾ, ਉਹਦਾ ਵੀ ਅੱਧ ਵਿਚਾਲਾ ਜਿਹਾ ਬਲੌਗ ਬਣਿਆ ਪਿਆ, ਮਿਹਨਤ ਨਹੀਂ ਕਰਦਾ, ਸਕੂਲ ਚਲੇ ਜਾਂਦਾ, ਸਕੂਲ ਤੋਂ ਆ ਕੇ ਪਤੰਗ ਚੜਾਉਣ ਲੱਗ ਜਾਂਦਾ, ਇੱਕਣੇ ਚੱਲੀ ਜਾਂਦਾ ਉਹਦਾ ਕੰਮ। ਚਲੋ ਆਉਣ ਦਿਓ ਦਾਣੇ, ਫਿਰ ਦਿਖਾਉਣਾ ਤੁਹਾਨੂੰ ਕਬੂਤਰ। ਅੱਜ ਬਾਈ ਇਹਨਾਂ ਨੂੰ ਸਰੋਂ ਵੀ ਪਾਵਾਂਗੇ ਥੋੜ੍ਹੀ ਥੋੜ੍ਹੀ, ਸਰੋਂ ਵਾਲਾ ਚੱਕ ਲਿਆ ਜਗਾੜ ਜਿਹਾ, ਆਪਾਂ ਥੋੜ੍ਹੀ ਥੋੜ੍ਹੀ ਸਰੋਂ ਪਾ ਦਿੰਦੇ ਹਾਂ, ਪਹਿਲਾਂ ਠੰਡ ਕਰਕੇ ਬੰਦ ਕਰੀ ਹੋਈ ਤੀ ਸਰੋਂ, ਅਤੇ ਥੋੜ੍ਹੀ ਥੋੜ੍ਹੀ ਪਾ ਦਿੰਦੇ ਹਾਂ ਅੱਜ ਇਹਨਾਂ ਨੂੰ। ਆਹ ਯੰਤਰ ਵਾਲਾ ਘੈਂਟ ਮਿਲਿਆ ਹੈ ਆਪਾਂ ਨੂੰ ਸਰੋਂ ਪਾਉਣੇ ਵਾਲਾ, ਦੇਖੋ ਐਵੇਂ ਪੈ ਜਾਣੀ ਹੈ ਲੈ। ਓਕੇ ਰਿਪੋਰਟ ਖੋਜੋ ਕੇ ਚੁਗਣਗੇ ਅੱਜ। ਓਕੇ ਰਿਪੋਰਟ, ਚਲੋ ਮੈਂ ਸਾਰਿਆਂ ਨੂੰ ਦਾਣਾ ਪਾਣੀ ਪਾ ਦਾਂ, ਫਿਰ ਤੁਹਾਨੂੰ ਕਬੂਤਰਾਂ 'ਚ ਨਿਗਾਹ ਮਰਾਉਣਾ। ਜੱਸਾ ਸਿੰਘ ਵੀ ਪਹੁੰਚ ਗਿਆ ਬਾਈ ਸਕੂਲ ਤੋਂ, ਜੱਸੇ ਵਲੌਗ ਪਾਉਂਦਾ ਹੀ ਨਹੀਂ, ਉਦੋਂ ਮੈਂ ਪਾਉਂ ਜੀ ਅੱਜ ਪਾਏਗਾ, ਹੈ ਮੈਂ ਤਾਂ ਪਾਉਣੇ ਬੰਦ ਕਰ ਦੇਣੇ ਯਾਰ, ਹਾਂ ਮਾਰੀ ਆ ਵੀ ਨਿਗਾਹ। ਆਹ ਖੁੱਡਾ ਸਾਫ਼ ਪਿਆ ਹਲੇ ਵੀ, ਓਏ ਪੂਰਾ 100 ਦਾ 100% ਹਲੇ, ਹੋਰ ਜੋੜੇ ਨੇ ਤਾਂ ਆਂਡੇ ਰੱਖੇ ਨਹੀਂ ਬਾਈ ਕਿਸੇ ਨੇ, ਅਤੇ ਨਾ ਦੂਆ ਵੀ ਨਹੀਂ ਰੱਖਿਆ ਉਹਨੇ ਹਲੇ, ਉਹ ਦੇਖੋ ਇੱਕ ਰੱਖਿਆ, ਇੱਕ ਆਂਡਾ ਇਹਨੇ ਰੱਖਿਆ ਬਸ, ਇੱਕ ਆਹ ਰੱਖਿਆ ਹੋਇਆ ਇਹਨਾਂ ਨੇ, ਚਲੋ ਕੈਮਰੇ ਸਾਰੇ ਰੱਖ ਲੈਣਗੇ ਹੁਣ, ਪੰਜ ਚਾਰ ਦਿਨ 'ਚ ਆਹ ਜੋੜਾ ਵੀ ਰੱਖੂਗਾ, ਹੁਣ ਆਹ ਜੋੜਾ ਵੀ ਰੱਖੂ, ਇਹ ਜੋੜੇ ਨੇ ਰੱਖਣਾ, ਉਹ ਜੋੜੇ ਨੇ ਰੱਖਣਾ, ਚਲੋ ਦੇਖੋ ਨਿਕਲ ਬਾਹਰ। ਆਹ ਤੇਰੀ ਸਿਰ ਵੱਜਿਆ ਤਾਂ ਵੇ, ਬਹੁਤ ਆਇਓ ਬਈ ਕਬੂਤਰ, ਉਦਣ ਦੇ ਨਹਾ ਕੇ ਚਿੱਟੇ ਹੋ ਗਏ ਹੈ ਨਾ,
ਸਾਰੇ ਹਿਸਾਬ ਹੋ ਗਏ ਬਾਈ ਕਬੂਤਰ ਦੇਖੋ ਨਹਾਉਣ ਤੋਂ ਬਾਅਦ ਫਰਕ ਕਬੂਤਰਾਂ ਦਾ ਓਕੇ ਹੋ ਗਈ ਰਿਪੋਰਟ ਖਾ ਲਓ ਅੱਜ ਤਾਂ ਸਰੋਂ ਹੈ ਤੁਹਾਡੇ ਮਨਪਸੰਦ ਦੀ ਅੱਜ ਦੇਖੋ ਵੀ ਨਹਾਉਣ ਤੋਂ ਬਾਅਦ ਕਬੂਤਰਾਂ ਦਾ ਫਰਕ ਠੀਕ ਹੈ ਕੈਮ ਲੱਗਦੇ ਨੇ ਓਕੇ ਆ ਰਿਪੋਰਟਾਂ ਲੱਗ ਗਏ ਦਾਣੇ ਖਾਣ ਅਤੇ ਚਲੋ ਬਾਈ ਬਾਕੀ ਆਪਾਂ ਕੰਮ ਕਰਨ ਨਿਬੇੜੀਏ ਫਿਰ ਉੱਪਰਲੇ ਕਬੂਤਰਾਂ ਕੋਲ ਵੀ ਚੱਲਦੇ ਹਾਂ ਰੁਕ ਕੇ ਚੱਲਦੇ ਹਾਂ ਥੋੜ੍ਹਾ ਜਿਹਾ ਠੀਕ ਹੈ ਮਿਲਦੇ ਹਾਂ ਫਿਰ ਅੱਗੇ ਤੁਹਾਡੇ ਖਾਤਰ ਨਹੀਂ ਮੈਂ ਲੈ ਕੇ ਆਇਆ ਤੁਸੀਂ ਤਾਂ ਉੱਦਣ ਲੈ ਆਏ ਬਾਈ ਆਪਣੇ ਹੋਸੇ ਚੱਲ ਐਂ ਦਾ ਹਿੱਸਾ ਪਾ ਲਈ ਤੂੰ ਥੋੜ੍ਹਾ ਜਿਹਾ ਮੇਰੇ ਨਾਲ ਮੈਨੂੰ ਪੈਸੇ ਦੇ ਦੀ ਠੀਕ ਹੈ ਅਤੇ ਤੁਹਾਨੂੰ ਦਿਖਾਉਣੇ ਆ ਬਾਈ ਡੋਰ ਦਿਖਾਉਣਾ ਪਹਿਲਾਂ ਮੈਂ ਡਿੱਗੀ 'ਚ ਰੱਖਤੀ ਪਤੰਗ ਪਾੜ ਕੇ ਹੁਣ ਯਾਰ ਚੱਕ ਡੋਰ 16 ਤਾਰ ਲਿਆਂਦੀ ਹੈ ਨਾਲੇ 16 ਤਾਰ ਕਿੱਡੀ ਆ ਦੇਖਤਾ ਕਿੰਨੇ ਲੜੇ ਨੇ ਜੀ ਲੜੇ ਤਾਂ ਹੋਣਗੇ ਚ ਕਿੰਨੇ ਨੇ ਖੜ ਜਾ ਲਿਖੇ ਹੋਣਗੇ ਹੋਣਗੇ 6-7 ਤਾਂ 16 ਤਾਰ ਹੈ ਠੀਕ ਹੈ ਚੈਨਾ ਆਪਾਂ ਲੈਣੀ ਨਹੀਂ ਹੈਗੀ ਪਤੰਗ ਦੇਖ ਫਿਰ ਤੂੰ ਓਕੇ ਦਿਖਾ ਦਾ ਇੱਧਰ ਹਾਂ ਵੈਰੀ ਗੁੱਡ ਬਸ ਠੀਕ ਹੈ ਚੱਲ ਹੁਣ ਅੰਦਰ ਰੱਖਦੇ ਇਹਨਾਂ ਨੂੰ ਕੋਠੇ 'ਤੇ ਪਹੁੰਚ ਗਏ ਬਾਈ ਆਪਾਂ ਦੇਖੋ ਤਾਂ ਕਬੂਤਰ ਫਿਰ ਫਿਰਦੇ ਹਾਂ ਨਜ਼ਾਰੇ ਨਾਲ ਓਕੇ ਰਿਪੋਰਟਾਂ ਨੇ ਉੱਡਦੇ ਫਿਰਦੇ ਨੇ ਐਨ ਮੌਜ 'ਚ ਦੋ ਬੱਚੇ ਬਾਈ ਡਾਉਣੇ ਵਾਲੇ ਨੇ ਹੈ ਨਾ ਇੱਕ ਗੁਲਾਬੀ ਟੂਸੀਆਂ ਵਾਲਾ ਇਹ ਕਲਕਾਂ ਦਾ ਜਿਹੜਾ ਥੱਲੇ ਬੱਚਾ ਉਹਨਾਂ ਨੂੰ ਵੀ ਆਪਾਂ ਡਾਵਾਂਗੇ ਹਲੇ ਰੇਤਾ ਪਾਉਣਾ ਉਹਰੇ ਚਲੋ ਮੈਂ ਟਰੇ ਕੱਢ ਲਾਂ ਪਾਣੀ ਵਾਲਾ ਕੈਂਪਰ 'ਚ ਕੱਢ ਲਾਂ ਪਾਣੀ ਦੇ ਦਾਣੇ ਰੱਖਾਂ ਪਹਿਲਾਂ ਇਹਨਾਂ ਨੂੰ ਪਾ ਲਈਏ ਵੀ ਟਰੇ 'ਚ ਦਾਣੇ ਭਰ ਲਈਏ ਇਹਨੂੰ ਫੁੱਲ ਯੰਤਰ ਦੇਖ ਲਓ ਦਾਣੇ ਪਾਉਣੇ ਵਾਲਾ ਜਿਹੜਾ ਅੱਗੇ ਜਵਾਕਾਂ ਦਾ ਨਹੀਂ ਤਾਂ ਖਿਲਣੇ ਵਾਲਾ ਹੁੰਦਾ ਪਲਾਸਟਿਕ ਦੇ ਭਾਂਡੇ 'ਚ ਉਹੀ ਲੱਭ ਗਿਆ ਮੈਨੂੰ ਜੱਸੂ ਉਹਨਾਂ ਦਾ ਮੈਂ ਕਿਹਾ ਹੱਥ ਨਾਲ ਲੋਟ ਨਹੀਂ ਪੈਂਦੇ ਦਾਣੇ ਇਹ ਨਾਲ ਵਧੀਆ ਪੈ ਜਾਂਦੇ ਨੇ ਚਲੋ ਬਹੁਤ ਨੇ ਹੁਣ ਆਪਾਂ ਰੱਖ ਦਿੰਦੇ ਹਾਂ ਕਬੂਤਰਾਂ ਨੂੰ ਧੁੱਪ ਬਾਈ ਪੂਰੀ ਆ ਗਰਮੀ ਆਉਣ ਲੱਗ ਗਈ ਬਸ ਆ ਜਾਣੀ ਥੋੜ੍ਹੇ ਜਿਹੇ ਦਿਨਾਂ ਤੱਕ ਗਰਮੀ ਦੇਖਿਓ ਭਾਈ ਬਾਹਰ ਨਾਲ ਨਿਕਲ ਜਾਓ ਤੁਸੀਂ ਤਾਂ ਆਉਣਾ ਵੀ ਨਹੀਂ ਫਿਰ ਲਓ ਬਾਈ ਰੱਖ ਤੇ ਦਾਣੇ ਪਾਣੀ ਰੱਖਤਾ ਅਤੇ ਚੱਲਦੇ ਹਾਂ ਹੁਣ ਆਪਾਂ ਥੱਲੇ ਨੂੰ ਠੀਕ ਹੈ ਹੁਣ ਚੱਲਦੇ ਹਾਂ ਬਾਈ ਆਪਾਂ ਗਰਾਊਂਡ 'ਚ ਨੂੰ ਉੱਥੇ ਮੀਟਰ ਲੱਗ ਗਿਆ ਬਿਜਲੀ ਵਾਲਾ ਅਤੇ ਜਾ ਕੇ ਦੇਖਦੇ ਹਾਂ ਕਿਹੜਾ ਕਿਹੜਾ ਕੰਮ ਹੋ ਗਿਆ ਕਿਉਂਕਿ ਸਵੇਰ ਦੇ ਹੈ ਤਾਂ ਗਰਾਊਂਡ 'ਚ ਤਾਂ ਫਿਰ ਵੀ ਹੁਣ ਦੇਖਦੇ ਹਾਂ ਹੁਣ ਆਏ ਵੇ ਹੈ ਮਿਸਤਰੀਆਂ ਨੇ ਚਲੇ ਜਾਣਾ 5 ਵਜੇ ਹੁਣ ਦੇਖ ਲਈ ਉਹਨਾਂ ਤੋਂ ਪਹਿਲਾਂ ਕਿਹੜਾ ਕਿਹੜਾ ਕੰਮ ਹੋਇਆ ਕਿਹੜਾ ਨਹੀਂ ਸਰੋਂ ਦੇਖੋ ਤਾਂ ਐਨ ਕੈਮ ਖੜੀ ਆ ਚਲੋ ਚੱਲਦੇ ਹਾਂ ਗਰਾਊਂਡ 'ਚ ਕਡੋਰ 'ਚ ਬਹੁਤ ਪਾ ਕੇ ਚੜ੍ਹਾਉਂਦੇ ਆ ਦਿੱਲੀ ਨੂੰ ਦੱਸੋ ਭਾਈ ਕਡੋਰ 'ਚ ਪਤੰਗ ਇੰਨੇ ਕੌਣ ਚੜ੍ਹਾਉਂਦਾ ਜਿਹੜੇ ਚਾਲੀ ਜਿਹੜਾ ਆਉਂਦੇ ਆ ਸੋਢੀ ਸਿੰਘ ਵੀ ਪਹੁੰਚ ਗਏ 3 ਮਹੀਨੇ ਬਾਅਦ ਦੇਖ ਲਓ ਵੀ ਇੰਨਾ ਕੰਮ ਹੋ ਗਿਆ ਮਾਰਕਿੰਗ ਕਰਤੀ ਫੁਵਾਰਿਆਂ ਦੀ ਜਿਹੜੇ ਫੁਵਾਰਾ ਸਿਸਟਮ ਲੱਗਣਾ ਇਹ 'ਚ ਹਾਂ ਹਾਂ ਬੋਲ ਬੋਲ ਕੈਮਰੇ 'ਚ ਬੋਲ ਕੱਢ ਕੈਮਰੇ 'ਚ ਹਾਂ
ਤੇ ਆਪਾਂ ਕਲੀ ਵੀ ਲੈ ਚੱਲੇ ਬਾਈ ਕਬੂਤਰਾਂ ਦੇ ਖੁੱਡੇ ਲਈ, ਕਿਉਂਕਿ ਉਦਣ ਵਾਲੀ ਕਲੀ ਆਪਾਂ ਗਰਾਊਂਡ 'ਚ ਦੇ ਦਿੱਤੀ ਸੀ ਫਿਰ ਉਹ, ਅਤੇ ਹੁਣ ਆਹ ਨਵੀਂ ਲੈ ਲਈ ਆਪਾਂ ਨੇ, ਚੱਲਦੇ ਹਾਂ ਘਰ ਨੂੰ ਹੁਣ। ਠੀਕ ਆ ਜੱਸਾ, ਅੱਜ ਫਿਰ ਡਰਾਈਵਰ ਬਣਿਆ ਆਇਆ, ਕਿਆ ਖਾਂਦਾ ਓਏ? ਚੌਕਲੇਟ। ਅੱਛਾ, ਉਹ ਪਿਆ ਕਾਗਜ਼ ਹੈ। ਖੋਲਦਾ ਕੋਈ ਗੇਟ? ਮੈਂ ਖੋਲਾਂ? ਕਰ ਪਿੱਛੇ ਕਰ ਥੋੜ੍ਹਾ ਜਿਹਾ ਫਿਰ। ਚਲੋ ਬਾਈ ਖੇਲ, ਖੋਲਦਾ ਜੱਸੇ ਨੂੰ ਗੇਟ। ਲਓ ਬਈ ਘਰ ਆਉਂਦੀ ਸਰ ਲੱਗ ਗਈ, ਧਾਰਾਂ ਦੇੜੀ ਉੜੀ, ਇੱਕ ਖਾਲੀ ਕਰਤੀ, ਆਹ ਖਾਲੀ ਕਰਤੀ ਅਤੇ ਦੋ ਰਹਿ ਗਈਆਂ ਚੋਣ ਦੇ। ਹੈਂ ਟੀਕਾ ਤੈਨੂੰ ਮੈਂ ਕਿਹਾ ਸੁਬਾਹ ਯਾਦ ਕਰਾਈ, ਸੁਬਾਹ ਯਾਦ ਨਹੀਂ ਕਰਾਇਆ ਤਾਂ। ਕਬੂਤਰ ਤਾਂ ਬੈਠ ਗਏ ਬਈ ਖਾਨੇ ਅੱਜ। ਧਾਰਾਂ ਰਹਿ ਗਈਆਂ ਦੋ ਕੱਢਣ ਤੇ ਬਸ, ਓਕੇ ਰਿਪੋਰਟ ਨੇ। ਬਸ ਆਂਡੇ ਰੱਖ ਲੈਣ ਹੁਣ ਸਾਰੇ ਜੋੜੇ, ਇੱਕ ਪੱਧਰੋਂ ਸਾਰੇ ਆਂਡੇ ਰੱਖ ਲੈਣ, ਆਹ ਗਰਮੀ ਡਾਉਣ ਜੋਗੇ ਬਚੇ ਹੋ ਜਾਣਗੇ, ਇੱਕ ਇੱਕ ਝੋਲੀ ਅੱਗੇ ਲੈ ਹੋ ਜੂਗੀ ਫਿਰ। ਠੀਕ ਆ, ਅਤੇ ਜੱਸੂ ਉਹਨਾਂ ਨੇ ਪਤੰਗ ਵੀ ਚੜ੍ਹਾ ਲਿਆ ਬਾਈ, ਉਹ ਦੇਖੋ ਆਪਾਂ ਵੀ ਹੁਣ ਕੰਮ ਨਿਬੇੜ ਕੇ ਜਾਵਾਂਗੇ ਕੋਠੇ 'ਤੇ। ਲਓ ਮਿੱਤਰੋ, ਨਹਾ ਧੋ ਕੇ ਐਂ ਰਿਪੋਰਟਾਂ ਹੋ ਗਈਆਂ ਓਕੇ, ਅਤੇ ਪਰ ਬਾਹਰ ਤਾਂ ਉਹੀ ਟੋਪੀ ਲੈ ਕੇ ਨਿਕਲਣਾ ਪੈਣਾ ਕਿਉਂਕਿ ਠੰਡ, ਅਤੇ ਇਹ ਤੋਂ ਬਾਅਦ ਆਪਾਂ ਜਾਣਾ ਗਰਾਊਂਡ 'ਚ। ਠੀਕ ਆ, ਚੱਲਦੇ ਹਾਂ ਫਿਰ ਹੁਣ। ਰਾਜਾ ਪਹੁੰਚ ਗਿਆ ਬਾਈ, ਕਿਆ ਰੱਖਣਾ ਚਾਹੀਦਾ ਜੀ? ਆਸਤਾ ਜੀ ਬਾਲਾ, ਅੱਛਾ ਇਹਦੇ ਮਾਰਨੇ ਨੂੰ ਜੇ ਕਰੰਟ ਕਰੁੰਟ ਆ ਗਿਆ ਹੈ। ਅੱਛਾ ਅੱਛਾ ਅੱਛਾ, ਤਾਰਾਂ ਲਾ ਰਹੇ ਹਾਂ ਬਾਈ, ਮੀਟਰ ਲੱਗ ਗਿਆ ਗਰਾਊਂਡ 'ਚ। ਅਸੀਂ ਹੁਣ ਪਹਿਲੀ ਵਾਰੀ ਲਾਈਟ 'ਤੇ ਚਲਾਉਣੀਆਂ ਲਾਈਟਾਂ ਅੱਜ, ਨਹੀਂ ਅੱਗੇ ਜਨਰੇਟਰ 'ਤੇ ਹੀ ਚੱਲੀਆਂ ਦੋ ਦਿਨ, ਵਿਚਾਰ ਦਿਓ ਆਪਣੇ। ਠੀਕ ਹੈ, ਵਧੀਆ ਕੰਮ ਹੋ ਗਿਆ ਜੀ ਇਹ, ਬਹੁਤ ਵਧੀਆ ਐਨ, ਬਹੁਤ ਵਧੀਆ ਐਨ, ਸਿਰਾ ਕਰਾਤਾ ਬਸ। ਠੀਕ ਹੈ ਠੀਕ ਹੈ ਵੀਰੇ, ਹਾਂ ਜੀ ਧੰਨ ਧੰਨ ਕਰਾਤਾ, ਬਹੁਤ ਵਧੀਆ ਕੰਮ ਹੋ ਗਿਆ। ਚੰਨੇ ਕੱਢ ਕੱਢ ਗਾਲਾਂ ਹੁਣ, ਜਿਹੜੀ ਅੱਗੇ ਕੱਢਦਾ ਹੁੰਦਾ ਕੈਮਰੇ 'ਤੇ ਕੱਢ ਹੁਣ। ਨਾ ਨਾ ਤਾਂ ਵਧੀਆ ਕੰਮ ਕਰਿਆ ਹੁਣ, ਗਾਲਾਂ ਲਈ ਹੁਣ ਤੋਂ ਵਧੀਆ ਕੰਮ ਕਰ ਰਹੇ ਹਾਂ। ਠੀਕ ਹੈ, ਮੈਂ ਤੇ ਚੰਨਾ ਚੱਲੇ ਹਾਂ ਬਾਈ ਲਾਈਟਾਂ ਚਲਾਉਣ, ਕਹਿੰਦੇ ਤੁਹਾਡੇ ਸ਼ੁਭ ਹੱਥਾਂ ਨਾਲ ਅਸੀਂ ਲਾਈਟਾਂ ਆਨ ਕਰਾਉਣੀਆਂ ਨਾ ਵੀ ਜੰਨੇ, ਬਾਕੀ ਦਾ ਨਿਭਾ ਗਏ ਨੇ ਸਾਲੇ, ਤੇ ਚੱਲਦੇ ਹਾਂ ਬਾਈ, ਹਨੇਰਾ ਬਹੁਤ ਆ ਉਰੇ। ਆਹ ਦੇਖੋ ਗਟਕਾ ਪਾਇਆ ਹੋਇਆ, ਲੋਕਿਟ ਲੱਗ ਰਹੀ ਹੈ, ਇਹ ਇੱਥੇ ਤੱਕ ਪਹੁੰਚ ਗਏ ਲੋਕਿਟ ਲਾਉਂਦੇ, ਬਹੁਤ ਵਧੀਆ ਕੰਮ ਚੱਲ ਰਿਹਾ ਗਰਾਊਂਡ ਦਾ। ਹਾਂ ਅਸੀਂ ਬੈਠਿਆ ਕਰਨਾ ਗਰਮੀਆਂ 'ਚ, ਉੱਥੇ ਉੱਪਰ ਕੁਰਸੀਆਂ ਡਾਹ ਕੇ ਹੈ ਜਾਨੇ ਬਣਾ ਦਈ ਅਸੀਂ, ਹਾਂ ਉੱਪਰ ਬੈਠਾਂ ਤੇ ਹੁਣ ਅਸੀਂ ਆਨ ਕਰਦੇ ਹਾਂ ਲਾਈਟਾਂ। ਵਾਹਿਗੁਰੂ ਦਾ ਨਾਮ ਲੈ ਲੈ ਵੀ ਚੰਨੇ, ਤੂੰ ਗਿਆਨੀ ਗਿਆਨੀ ਬੰਦਾ, ਤੂੰ ਆਨ ਕਰ। ਵਾਹਿਗੁਰੂ ਚੱਲ ਪਈਆਂ ਬਾਈ ਲਾਈਟਾਂ, ਲੈ ਦੇਖੋ ਜੀ ਲਾਈਟ ਲਾਈਟ ਹੋ ਗਈ, ਅਰਤਾ ਗਰਾਊਂਡ 'ਚ ਚਾਨਣ ਦੇਖੋ ਫਿਰ, ਚਾਨਣ ਪੂਰਾ ਹਨੇਰਾ ਹੂੰ, ਰਾਤ ਪੂਰੀ ਫੁੱਲ ਰਾਤ ਹੈ। ਓਕੇ ਰਿਪੋਰਟਾਂ ਦੇਖੋ ਫਿਰ, ਓਕੇ ਰਿਪੋਰਟ ਓਕੇ। ਗਰਾਊਂਡ ਤੋਂ ਬਾਅਦ ਬਾਈ ਆ ਗਏ ਆਪਾਂ ਸਿੱਧਾ ਕਬੂਤਰਾਂ ਵੱਲ, ਆਪਾਂ ਨੇ ਨਾ ਸਰਿੰਜ ਦੇਖਣੀ ਆ ਯਾਰ। ਓਹੋ ਭਾਊ ਨੇ ਘੋੜੀ ਦੇ ਲਿੱਦ ਚੱਕੀ ਨਹੀਂ, ਸਵੇਰੇ ਦੇਖਦੇ ਹਾਂ, ਚੱਲ ਕੋਈ ਨਹੀਂ ਇਹਨੂੰ ਹੁਣ ਜੇ ਦੇਖੋ। ਅਤੇ ਆਪਾਂ ਦੋਨੇ ਬੱਚਿਆਂ ਨੂੰ ਦੇ ਦਈਏ ਪਾਣੀ, ਜੱਸਾ ਆ ਰਿਹਾ ਪਾਣੀ ਲੈ ਕੇ, ਉਹ ਆ ਗਿਆ। ਹਾਂ ਵੀ ਜੱਸੇ ਲੈ, ਮੈਂ ਭਰਦਾ ਦੋ ਬੱਚਿਆਂ ਨੂੰ ਪਾਣੀ ਦੇ ਦਿੰਦਾ। ਠੀਕ ਹੈ, ਜ਼ਿਆਦਾ ਗਰਮ ਤਾਂ ਨਹੀਂ? ਗਰਮ ਹੈ ਕੁਛ, ਠੀਕ ਆ। ਹਾਂ ਠੀਕ ਆ, ਇਹ 'ਚ ਰੱਖ ਕੇ ਬਾਈ ਮੈਂ ਭਰਦਾ ਫਿਰ ਦੇ ਦਿੰਦੇ ਹਾਂ। ਠੀਕ ਆ, ਹਾਂ ਜਾਲ 'ਚ ਪਾਉਣੇ ਵਾਲੇ ਹੋ ਗਏ ਹੁਣ ਇਹ, ਹੈ ਨਾ। ਦੋਨੇ ਬੱਚਿਆਂ ਨੂੰ ਦੇਤਾ ਬਾਈ ਪਾਣੀ, ਦੇਖੋ ਫਿਰ ਗਰੋਥ ਦੱਸੋ ਹੁਣ ਬੱਚਿਆਂ ਦੀ, ਪੋਟੇ ਦੇਖ ਲਓ ਨਾਲੇ ਐਨ। ਓਕੇ ਰਿਪੋਰਟਾਂ ਹੋਈਆਂ ਹੋਈਆਂ, ਠੀਕ ਆ ਚੱਲ ਬਾਈ ਛੱਡ ਦੇ ਅੰਦਰ।
ਕਬੂਤਰਾਂ ਨੇ ਬਈ ਦਾਣੇ ਦੂਣੇ ਐਂ ਚੁੱਕੇ ਹੋਏ ਨੇ, ਕਬੂਤਰ ਵੀ ਓਕੇ ਰਿਪੋਰਟ ਨੇ ਪੂਰੇ, ਕੋਈ ਘਾਟ ਵਾ ਕੋਈ ਨਹੀਂ ਕਬੂਤਰਾਂ 'ਚ। ਆਂਡਿਆਂ 'ਤੇ ਬੈਠਾ ਗੁਲਾਬੀ ਲੈ, ਸ਼ੁਕਰ ਆ ਸ਼ੁਕਰ ਆ ਸ਼ੁਕਰ ਹੈ, ਪਹਿਲੀ ਵਾਰੀ ਆਂਡੇ 'ਤੇ ਬੈਠਿਆ, ਬੈਠੀ ਹੈ ਬੈਠਾ। ਹਾਂ ਡੱਬੇ ਨਾਲ ਮਿਲਿਆ ਗੁਲਾਬੀ, ਅਸੀਂ ਡੱਬੇ ਕਰਕੇ ਬੱਚੇ ਲੈ ਲਏ ਬਾਈ ਇਹ ਤੋਂ, ਆਹ ਤਿੰਨ ਜੋੜੇ ਇੱਥੇ ਬੈਠਣ ਲੱਗ ਗਏ, ਬਹੁਤ ਵਧੀਆ ਜਗ੍ਹਾ ਬੈਠਣ ਲੱਗੇ ਨੇ ਜੋੜੇ। ਖੁੱਡਾ ਸਾਫ਼ ਹੈ ਬਾਈ ਬਿਲਕੁਲ, ਆਹੀ ਬਸ ਹੁਣ ਤਾਜ਼ੀਆਂ ਬੈਠਾ, ਸਵੇਰ ਤੱਕ ਸੁੱਕ ਜਾਣੀਆਂ। ਪਰ ਰੇਤਾ ਜੈਸੇ ਇੱਕ ਵਾਰੀ ਹੋਰ ਪਾਉਣਾ ਆਪਾਂ ਨੇ, ਆਹ ਘੱਟ ਪਿਆ ਦੇ ਰੇਤਾ, ਉੜ ਅੜ ਗਿਆ ਹੈ ਨਾ। ਅਤੇ ਬਾਕੀ ਜੋੜੇ ਬਾਈ ਆ ਬੈਠਣ ਲੱਗ ਗਏ ਪੰਜ ਚਾਰ। ਅਤੇ ਚਲੋ ਫਿਰ ਹੁਣ ਜੈਸੇ ਆਹ ਪਾਣੀ ਡੋਲ ਪਹਿਲਾਂ, ਸੁਬਹਾ ਨਾ ਚੰਗੀ ਤਰ੍ਹਾਂ ਇਹ ਬੁਰਸ਼ ਮਾਰ ਕੇ ਧੋ ਕੇ ਫਿਰ ਪਾਣੀ ਪਾਵਾਂਗੇ, ਢਾਬੀਆਂ ਰਹਿਣ ਦੇ। ਅਤੇ ਚਲੋ ਬਾਈ ਮੈਂ ਆਹ ਕੁੰਡਾ ਲਾ ਦਿੰਦਾ ਹੁਣ, ਬਾਹਰ ਲਾ ਦਿੰਦੇ ਹਾਂ ਜਿੰਦਾ ਪਈਏ ਸਾਜਰੇ। ਓਕੇ ਏਅਰਪੋਰਟ ਡੋਲਤਾ, ਚੱਲ ਅਤੇ ਚਲੋ ਬਾਈ ਲਾਈਏ ਜਿੰਦਾ, ਮਿਲਦੇ ਹਾਂ ਅਗਲੇ ਵਲੋਗ 'ਚ। ਚੈਨਲ ਨੂੰ ਕਰ ਲਿਓ ਸਬਸਕ੍ਰਾਈਬ, ਜੱਸੇ ਦਾ ਫਿਰ ਮੈਂ ਡਿਸਕ੍ਰਿਪਸ਼ਨ 'ਚ ਪਾ ਤਾ ਲਿੰਕ, ਦੇਖ ਕੇ ਓਕੇ ਕਰ ਲਿਓ ਨਾ, ਸ਼ੇਅਰ ਕਰ ਦਿਓ ਇਹਦੀਆਂ ਵਿਚਾਰੀ ਦੀਆਂ ਵੀਡੀਓ, ਅਤੇ ਸਬਸਕ੍ਰਾਈਬ ਕਰ ਲਿਓ ਚੈਨਲ। ਮਿਲਦੇ ਹਾਂ ਅਗਲੇ ਵਲੋਗ 'ਚ, ਚੈਨਲ ਨੂੰ ਕਰ ਲਿਓ ਸਬਸਕ੍ਰਾਈਬ।